ਵੇ ਚੈਨਲ ਵੇਖਦੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ। ਜਿੱਦਾਂ ਕਿ ਅਸੀਂ ਅੱਜ ਸਾਹਨੇਵਾਲ ਦੇ 11 ਨੰਬਰ ਵਾਰਡ ਦੇ ਵਿੱਚ ਖੜੇ ਹਾਂ, ਮੇਨ ਰੋਡ ਗੁਰਦੁਆਰਾ ਗਲੀ ਸਾਹਿਬ ਦੇ ਵਿੱਚ। ਜਿਸ ਤਰ੍ਹਾਂ ਕਿ ਇੱਥੇ ਜਿਹੜਾ ਕਿ ਗਲੀਆਂ ਦਾ ਟੈਂਡਰ ਦਾ ਜਿਹੜਾ ਕੰਮ ਮਿਲਿਆ ਹੋਇਆ, ਹੋਦੀ ਬਣਾਉਣ ਦਾ ਕੰਮ ਮਿਲਿਆ ਹੈ, ਸੋ ਇੱਥੇ ਅੱਜ ਜਿਹੜੇ ਇੱਥੇ ਨਗਰ ਨਿਵਾਸੀ ਨੇ ਸੋ ਇੱਥੇ ਖੜੇ ਨੇ। ਸੋ ਫਿਰ ਜਿਹੜਾ ਮਾਮਲਾ ਕੀ ਹੈ, ਸੋ ਆਪਾਂ ਨਾਲ ਗੱਲਬਾਤ ਕਰਦੇ ਹਾਂ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਮਤਲਬ ਕੀ ਮਾਮਲਾ ਕੀ ਹੈ ਸਰ? ਤੁਸੀਂ ਇਹਦੇ ਵਿੱਚ ਮਾਮਲਾ ਇਹ ਹੈ ਜੋ ਕਿ ਇੱਥੇ ਵਾਰਡ ਨੰਬਰ 11 ਦੇ ਵਿੱਚ ਗੁਰਦੁਆਰਾ ਸਾਹਿਬ ਵਾਲੀ ਗਲੀ ਦੇ ਵਿੱਚ ਜੋ ਕੰਮ ਚੱਲ ਰਿਹਾ ਸੀ, ਸਾਡੇ ਵਾਰਡ ਵਾਸੀਆਂ ਦਾ ਕਹਿਣਾ ਹੈ ਵੀ ਜੋ ਇਹਦੇ ਇਸ ਦੇ ਵਿੱਚ ਪੁਰਾਣੀਆਂ ਇੱਟਾਂ ਜਿਹੜੀਆਂ ਕਿ 80 mm ਦੀਆਂ ਸੀਗੀਆਂ ਉਹ ਲਾਈਆਂ ਹੋਈਆਂ ਸਨ, ਔਰ ਉਹਦੇ ਵਿੱਚ ਇੱਕ ਜੋ ਨਾਲ ਸਾਈਡ 'ਤੇ ਪਾਈਪਾਂ ਜੋ ਬਾਰਿਸ਼ ਦਾ ਪਾਣੀ ਹੈ ਉਹਦੇ ਵਾਸਤੇ ਇੱਕ ਪਾਈਪਾਂ ਪੈ ਰਹੀਆਂ ਸੀਗੀਆਂ। ਅਸੀਂ ਮੌਜੂਦਾ ਕੌਂਸਲਰ ਨੂੰ ਜਾਂ ਠੇਕੇਦਾਰ ਨੂੰ ਇਹ ਬੇਨਤੀ ਕੀਤੀ ਸੀ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਇੱਟਾਂ ਹਨ ਵੀ ਨਵੀਆਂ ਜੋ ਹਨ ਜੋ ਕਿ ਪਿੱਛੇ ਪਈਆਂ ਹਨ ਉਹ ਬਿਲਕੁਲ 40 mm ਦੀਆਂ ਇੱਟਾਂ ਹਨ, ਇਹ ਬਹੁਤ ਔਰ ਵਧੀਆ ਨਹੀਂ ਹਨ। ਅਸੀਂ ਕਹਿੰਦੇ ਵੀ ਉਹੀ ਇੱਟਾਂ ਜਿਹੜੀਆਂ ਪੁਰਾਣੀਆਂ ਇੱਟਾਂ ਹਨ ਵੀ ਇਹ ਜਦੋਂ ਵੀ ਇਹ ਪੈ ਜਾਂਦੇ ਹਨ ਤਾਂ ਪੁਰਾਣੀਆਂ ਇੱਟਾਂ ਹੀ ਲਾਈਆਂ ਜਾਣ। ਇੱਥੇ ਵਾਰਡ ਵਾਰਡ ਵਾਸੀਆਂ ਦੀ ਇਹੀ ਮੰਗ ਹੈ 80 mm ਦੀ ਜੋ ਇੱਟ ਹੈਗੀ ਹੈ ਪੁਰਾਣੀ ਉਹੀ ਲਾਈ ਜਾਵੇ। ਮਤਲਬ ਜਿਹੜੇ ਕੌਂਸਲਰ ਦੇ ਸਾਹਿਬਾਨ 'ਚ ਗੱਲ ਕੀਤੀ ਆ, ਕੁਛ ਕਹਿ ਰਹੇ ਕੀ ਉਹਨਾਂ ਨੇ ਕਿਹਾ ਵਾ? ਨਹੀਂ, ਉਹ ਪਹਿਲੇ ਤਾਂ ਕਹਿ ਰਹੇ ਸੀਗੇ ਜੀ ਅਸੀਂ ਇੱਥੇ ਇਸ ਗਲੀ ਦੇ ਵਿੱਚ ਇਹ ਨਵੀਆਂ ਇੱਟਾਂ ਲਾਵਾਂਗੇ, ਫਿਰ ਉਹ ਚਲੋ ਕੁਛ ਜਦੋਂ ਸਾਰੇ ਵਾਰਡ ਵਾਸੀਆਂ ਦਾ ਜਾਂ ਮਹੱਲਾ ਵਾਸੀਆਂ ਨੇ ਜਦੋਂ ਇਕੱਠੇ ਹੋਏ ਉਹਦੇ ਵਿੱਚ ਉਹ ਕਹਿਣ ਲੱਗ ਗਏ ਵੀ ਚਲੋ ਅਸੀਂ ਠੇਕੇਦਾਰ ਜੋ ਟਰਾਲੀਆਂ ਭਰ ਕੇ ਇੱਥੋਂ ਲੈ ਗਿਆ ਅਸੀਂ ਉਹਨੂੰ ਕਹਾਂਗੇ ਭਾਈ ਉਹੀ ਲਾਈਆਂ ਜਾਣ। ਹੁਣ ਦੇਖੋ ਇਹ ਅਸੀਂ ਤੁਹਾਡੇ ਜ਼ਰੀਏ ਮੀਡੀਆ ਜ਼ਰੀਏ ਅਸੀਂ ਬੇਨਤੀ ਕਰਦੇ ਹਾਂ, ਸਾਨੂੰ ਪ੍ਰਧਾਨ ਜੀ ਨੇ ਸਰਦਾਰ ਸੁਖਜੀਤ ਸਿੰਘ ਹਰਾ ਜੀ ਨੇ ਪੂਰਾ ਫੁੱਲ ਆਸ਼ਵਾਸਨ ਦਿੱਤਾ ਸੀਗਾ ਵੀ ਅਸੀਂ ਜੋ ਤੁਹਾਡੀ ਮੰਗ ਹੈਗੀ ਉਹਦੇ ਵਿੱਚ ਪੂਰੇ ਕਮੇਟੀ ਕਨੀ ਸਹਿਯੋਗ ਦਿੱਤਾ ਜਾਏਗਾ। ਗੁਰਦੁਆਰਾ ਸਾਹਿਬ ਵਾਲੀ ਜਿਹੜੀ ਮੇਨ ਗਲੀ ਆ, ਮੇਨ ਗਲੀ ਦੇ ਵਿੱਚ ਪਲਾਸਟਿਕ ਦੇ ਪਾਈਪ ਸੀਵਰੇਜ ਦਾ ਕੰਮ ਚੱਲਿਆ, ਲੇਕਿਨ ਇਹਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਜਾ ਰਿਹਾ ਉਹ ਬਹੁਤ ਹੀ ਡੀ ਕਲਾਸ ਵਰਤਿਆ ਜਾ ਰਿਹਾ। ਆ ਜਿਹੜੀ ਇੱਟ ਆ ਇਹਦੇ ਵਿੱਚ ਕੋਈ ਤਾਕਤ ਨਹੀਂ, ਕੋਈ ਕੁਛ ਨਹੀਂ, ਮਾੜੀ ਜਿਹੀ ਖੜਕਾਉਂਦੇ ਆ ਭੁਰ ਜਾਂਦੀ ਆ। ਅਤੇ ਜਿਹੜੀ ਪੁਰਾਣੀ ਇੱਟ ਲੱਗੀ ਆ ਉਹ 80 mm ਦੀ ਲੱਗੀ ਆ, ਬਹੁਤ ਵਧੀਆ ਇੱਟ, ਉਹਨੂੰ ਜਿਵੇਂ ਮਰਜ਼ੀ ਖੜਕਾਓ ਸੁੱਟੋ, ਉਹਦਾ ਵਜ਼ਨ ਵੀ ਇਸ ਇੱਟ ਨਾਲੋਂ ਮਤਲਬ ਜੇ ਇੱਟ 2.5-3 ਕਿਲੋ ਦੀ ਆ ਤਾਂ ਉਹ 6 ਕਿਲੋ ਦੀ ਆ, ਇੰਨੀ ਵਧੀਆ ਇੱਟ ਬਣੀ ਹੋਈ ਆ, ਪਹਿਲੀ ਮੋਟੀ ਇੱਟ ਆ ਬਹੁਤ, ਉਹਦੀ ਥਿਕਨੈਸ ਜ਼ਿਆਦਾ। ਅਤੇ ਇਹ ਇੱਥੇ ਹੁਣ ਕੋਈ ਵੀ ਮਤਲਬ ਕੋਈ ਟੈਂਪੂ ਟਰਾਲੀ ਲੰਘਦੀ ਆ ਜਦੋਂ ਲੰਘੂ ਇਹ ਕੁਛ ਦਿਨਾਂ 'ਚ ਟੁੱਟ ਜੂਗੀ। ਜਿਹੜੀ ਪੁਰਾਣੀ 5 ਸਾਲ ਦੀ ਆ ਉਹਨੂੰ ਕੁਛ ਨਹੀਂ ਸੀ ਹੋਇਆ, ਬਿਲਕੁਲ ਉਹ ਉਵੇਂ ਦੀ ਉਵੇਂ ਪਈ ਸੀ। ਸੋ ਕਿਰਪਾ ਕਰਕੇ ਅਸੀਂ ਨਗਰ ਕੌਂਸਲਰ ਤੋਂ ਜਾਂ ਜਿਹੜੇ ਸਾਡੇ ਕੌਂਸਲਰ ਨੇ ਜਾਂ ਕਮੇਟੀ ਸਾਡੇ, ਅਸੀਂ ਇਹੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਕੰਮ ਆ ਕੁਆਲਿਟੀ ਵਾਈਜ਼ ਠੀਕ ਕੀਤਾ ਜਾਵੇ, ਅਦਰਵਾਈਜ਼ ਇੰਨਾ ਹਲਕਾ ਕੰਮ ਇੰਨਾ ਮਾੜਾ ਕੰਮ ਨਾ ਕੀਤਾ ਜਾਵੇ, ਬੇਨਤੀ ਪ੍ਰਵਾਨ ਕਰਨੀ। ਥੈਂਕ ਯੂ।